ਕਿਹੜੀਆਂ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਖਾਣ ਦੇ ਲਈ ਤੁਹਾਨੂੰ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ? ਕੀ ਤੁਸੀਂ ਜਾਣਦੇ ਹੋ ਉਹਨਾਂ ਦੋ ਚੀਜ਼ਾਂ ਦੇ ਬਾਰੇ ਜੋ ਕਿ ਸਦੀਆਂ ਤੋਂ ਚੱਲੀਆਂ ਆ ਰਹੀਆਂ ਨੇ? ਸਾਡੇ ਵੱਡ ਵਡੇਰੇ ਵੀ ਸਾਨੂੰ ਉਹ ਚੀਜ਼ਾਂ ਖਾਣ ਦੇ ਲਈ ਹਮੇਸ਼ਾ ਪ੍ਰੇਰਿਤ ਕਰਦੇ ਸੀ। ਕੀ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਖਾਣ ਦੇ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ? ਜੇਕਰ ਤੁਸੀਂ ਨਹੀਂ ਜਾਣਦੇ ਤਾਂ ਸਾਡੀ ਇਸ ਵੀਡੀਓ ਨੂੰ ਦੇਖੋ ਐਂਡ ਤੱਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਅਸਲ ਪੰਜਾਬੀ ਦੇ ਨਾਲ। ਜੇਕਰ ਅੱਜ ਗੱਲ ਕੀਤੀ ਜਾਵੇ ਬਿਮਾਰੀਆਂ ਤੋਂ ਛੁਟਕਾਰੇ ਦੀ, ਤਾਂ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਵੀ ਚਾਹੀਦਾ ਹੈ ਅਤੇ ਛੁਟਕਾਰਾ ਜਲਦੀ ਵੀ ਚਾਹੀਦਾ ਹੈ। ਘਰੇਲੂ ਨੁਸਖਿਆਂ ਦੇ ਨਾਲ ਚਾਹੀਦਾ ਹੈ, ਬਿਨਾਂ ਪੈਸਿਆਂ ਦੀ ਵਰਤੋਂ ਕਰੇ ਚਾਹੀਦਾ। ਪਰ ਹਾਂ, ਇਹ ਅੱਜ ਦੀ ਵੀਡੀਓ ਬਿਲਕੁਲ ਉਸੇ ਤਰ੍ਹਾਂ ਹੈ। ਤੁਹਾਨੂੰ ਤੁਹਾਡੀਆਂ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲੂਗਾ, ਘਰੇਲੂ ਨੁਸਖਿਆਂ ਦੇ ਨਾਲ ਹੀ ਤੁਹਾਡੀਆਂ ਬਿਮਾਰੀਆਂ ਦੂਰ ਹੋਣਗੀਆਂ ਅਤੇ ਤੁਹਾਡਾ ਇੱਕ ਵੀ ਪੈਸਾ ਵੀ ਨਹੀਂ ਲੱਗੇਗਾ। ਪਰ ਤੁਸੀਂ ਇਹਨਾਂ ਨੁਸਖਿਆਂ ਨੂੰ ਜਾਣਨ ਦੇ ਲਈ ਸਾਡੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਅਤੇ ਸਰਬਤ ਦੇ ਭਲੇ ਦੇ ਲਈ ਵੀਡੀਓ ਨੂੰ ਸਾਂਝੇ ਜ਼ਰੂਰ ਕਰਨਾ ਤਾਂ ਜੋ ਸਾਰਿਆਂ ਕੋਲ ਇਹ ਨੁਸਖੇ ਪਹੁੰਚ ਸਕਣ ਅਤੇ ਹਰ ਇੱਕ ਵਿਅਕਤੀ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੇ। ਦੱਸ ਦਿੰਦੇ ਹਾਂ ਕਿ ਤੁਹਾਡੇ ਸਾਰਿਆਂ ਦੇ ਘਰ ਦੇ ਵਿੱਚ ਉਹ ਦੋ ਚੀਜ਼ਾਂ ਤਾਂ ਜ਼ਰੂਰ ਹੁੰਦੀਆਂ ਨੇ, ਤਾਂ ਕੁਛ ਲੋਕ ਤਾਂ ਉਹਨਾਂ ਦੋ ਚੀਜ਼ਾਂ ਨੂੰ ਖਾਂਦੇ ਵੀ ਜ਼ਰੂਰ ਨੇ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੋ ਚੀਜ਼ਾਂ ਦੇ ਕੀ ਫਾਇਦੇ ਨੇ ਤੁਹਾਡੇ ਸਰੀਰ ਨੂੰ? ਅਤੇ ਜੇਕਰ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਖਾਂਦੇ ਹੋ ਤਾਂ ਇਹਨਾਂ ਚੀਜ਼ਾਂ ਦੇ ਖਾਣ ਦਾ ਸਹੀ ਟਾਈਮ ਕੀ ਹੈ, ਇਹਨਾਂ ਚੀਜ਼ਾਂ ਦੇ ਖਾਣ ਦਾ ਸਹੀ ਤਰੀਕਾ ਕੀ ਹੈ, ਕੀ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਮਿਲਾ ਕੇ ਖਾ ਸਕਦੇ ਹੋ? ਤੁਹਾਨੂੰ ਦੱਸਦੇ ਹਾਂ ਅਸੀਂ ਅੱਜ ਸਾਰੀ ਜਾਣਕਾਰੀ। ਜੇਕਰ ਗੱਲ ਕੀਤੀ ਜਾਵੇ ਦਹੀਂ ਦੀ, ਤਾਂ ਦਹੀਂ ਤਾਂ ਹਰ ਇੱਕ ਇਨਸਾਨ ਦੇ ਘਰ ਆਸਾਨੀ ਦੇ ਨਾਲ ਮਿਲ ਜਾਂਦਾ ਹੈ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਦੂਜੇ ਉਸ ਨੁਸਖੇ ਦੀ ਜੋ ਕਿ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ, ਉਹ ਹੈ ਗੁੜ। ਸਾਡੇ ਵੱਡ ਵਡੇਰੇ ਵੀ ਸਾਨੂੰ ਸ਼ੁਰੂ ਤੋਂ ਦੱਸਦੇ ਆਉਂਦੇ ਨੇ ਕਿ ਰੋਟੀ ਖਾਣ ਤੋਂ ਬਾਅਦ ਗੁੜ ਖਾਣਾ ਚਾਹੀਦਾ, ਜਿਸ ਦੇ ਨਾਲ ਕਿ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਵੀ ਵੱਧਦੀ ਹੈ ਅਤੇ ਹੋਰ ਵੀ ਬਹੁਤ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ। ਪਰ ਸਾਡੇ ਅੱਜ ਕੱਲ੍ਹ ਦੇ ਨਵੇਂ ਜ਼ਮਾਨੇ ਦੇ ਪੜ੍ਹੇ ਲਿਖੇ ਬੱਚੇ ਇਹ ਗੱਲ ਭੁੱਲ ਚੁੱਕੇ ਨੇ। ਪਰ ਤੁਹਾਨੂੰ ਅਸੀਂ ਅੱਜ ਇਹ ਗੱਲ ਦੁਬਾਰਾ ਯਾਦ ਕਰਾਵਾਂਗੇ ਕਿ ਜੇਕਰ ਤੁਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਦਹੀਂ ਅਤੇ ਗੁੜ ਦੀ ਵਰਤੋਂ ਕਰ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਬਿਮਾਰੀ ਦਾ ਘੇਰਾ, ਕੋਈ ਵੀ ਬਿਮਾਰੀ ਘੇਰਾ ਨਹੀਂ ਪਾ ਸਕੇਗੀ। ਗੁੜ ਅਤੇ ਦਹੀਂ ਦਾ ਸੇਵਨ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਗੁੜ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ। ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਵੱਡੇ ਫਾਇਦੇ ਦੀ, ਤਾਂ ਇਹਨਾਂ ਚੀਜ਼ਾਂ ਨੂੰ ਖਾਣ ਦੇ ਨਾਲ ਸਭ ਤੋਂ ਵੱਡਾ ਫਾਇਦਾ ਹੈ ਕਿ ਤੁਹਾਡਾ ਮੋਟਾਪਾ ਦੂਰ ਹੋ ਜਾਂਦਾ, ਕਿਉਂਕਿ ਅੱਜ ਕੱਲ੍ਹ ਦੇ ਜੀਵਨ ਦੇ ਵਿੱਚ ਅਸੀਂ ਫਾਸਟ ਫੂਡ ਖਾਂਦੇ ਹਾਂ ਜਿਸ ਕਰਕੇ ਅਕਸਰ ਹਰ ਇੱਕ ਵਿਅਕਤੀ ਨੂੰ ਮੋਟਾਪਾ ਆ ਜਾਂਦਾ। ਪਰ ਜੇਕਰ ਤੁਸੀਂ ਆਪਣਾ ਮੋਟਾਪਾ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੁਸਖਿਆਂ ਦਾ ਹਰ ਰੋਜ਼ ਸੇਵਨ ਕਰ ਸਕਦੇ ਹੋ। ਦੱਸ ਦਿੰਦੇ ਹਾਂ ਕਿ ਦਹੀਂ ਅਤੇ ਗੁੜ ਦਾ ਸੇਵਨ ਹਰ ਰੋਜ਼ ਕਰਨ ਦੇ ਨਾਲ ਤੁਹਾਡੀ ਫੈਟ ਘਟੇਗੀ, ਕਿਉਂਕਿ ਦਹੀਂ ਦੇ ਵਿੱਚ ਕੈਲਸ਼ੀਅਮ ਬੜੀ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਅਤੇ ਤੁਹਾਡਾ BMI ਵੀ ਕੰਟਰੋਲ ਦੇ ਵਿੱਚ ਰੱਖੇਗਾ ਜੇਕਰ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਦਾ ਹਰ ਰੋਜ਼ਾਨਾ ਸੇਵਨ ਕਰਦੇ ਹੋ। ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਦੂਜੇ ਨੰਬਰ 'ਤੇ ਦਿਲ ਦੀ ਬਿਮਾਰੀ ਦੀ, ਜੇਕਰ ਕਿਸੇ ਨੂੰ ਕੋਈ ਦਿਲ ਦੀ ਬਿਮਾਰੀ ਹੈ ਜਾਂ ਫਿਰ ਤੁਹਾਡਾ ਕੋਲੈਸਟਰੋਲ ਵੀ ਵੱਧਦਾ ਹੈ ਤਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਰ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਬਿਮਾਰੀਆਂ ਤੋਂ ਸ਼ਿਫਾ ਮਿਲਣ ਵਾਲੀ ਹੈ। ਦੱਸ ਦਿੰਦੇ ਹਾਂ ਕਿ ਜੇਕਰ ਕੈਲਸ਼ੀਅਮ ਦੀ ਘਾਟ ਹੈ, ਤੁਹਾਡੀਆਂ ਹੱਡੀਆਂ, ਤੁਹਾਡੇ ਜੋੜ ਦਰਦ ਹੁੰਦੇ ਨੇ, ਕਮਜ਼ੋਰ ਨੇ ਤੁਹਾਡੀਆਂ ਹੱਡੀਆਂ, ਤਾਂ ਤੁਸੀਂ ਹਰ ਰੋਜ਼ ਇਸ ਨੁਸਖੇ ਦਾ ਸੇਵਨ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡੇ ਸਾਰੇ ਰੋਗ, ਪਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਨਿਗਾਹ ਦੀ, ਤਾਂ ਨਿਗਾਹ ਵੀ ਤਕਰੀਬਨ ਹਰ ਇੱਕ ਇਨਸਾਨ ਦੀ ਘੱਟ ਹੀ ਹੁੰਦੀ ਹੈ, ਆਪਾਂ ਹਰ ਇੱਕ ਦੀ ਤਾਂ ਨਹੀਂ ਕਹਿ ਸਕਦੇ, ਬਹੁਤ ਐਵੇਂ ਦੇ ਲੋਕ ਨੇ ਇੱਥੋਂ ਤੱਕ ਕਿ ਛੋਟੇ ਬੱਚੇ ਵੀ ਨੇ ਜਿਨ੍ਹਾਂ ਦੀ ਨਿਗਾਹ ਘੱਟ ਹੈ। ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦੀ ਨਿਗਾਹ ਬਿਲਕੁਲ ਠੀਕ ਰਹੇ, ਤਾਂ ਤੁਸੀਂ ਰੋਜ਼ਾਨਾ ਦਹੀਂ ਦਾ ਅਤੇ ਗੁੜ ਦਾ ਸੇਵਨ ਕਰਕੇ ਆਪਣੇ ਬੱਚਿਆਂ ਦੀ ਨਿਗਾਹ ਨੂੰ ਕਮਜ਼ੋਰ ਹੋਣ ਤੋਂ ਬਚਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਡਾ ਡਾਈਜੈਸਟਿਵ ਸਿਸਟਮ ਖਰਾਬ ਹੈ, ਤੁਹਾਨੂੰ ਖਾਂਸੀ ਹੈ, ਕਿਉਂਕਿ ਅਕਸਰ ਮੌਸਮ ਦੇ ਬਦਲਣ ਦੇ ਨਾਲ ਖਾਂਸੀ ਹੋ ਜਾਂਦੀ ਹੈ, ਗਲਾ ਖਰਾਬ ਹੋ ਜਾਂਦਾ ਹੈ, ਜੇਕਰ ਤੁਸੀਂ ਹਰ ਰੋਜ਼ ਦਹੀਂ ਅਤੇ ਗੁੜ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਖਾਂਸੀ ਵੀ ਠੀਕ ਹੋ ਜਾਏਗੀ ਅਤੇ ਜਿਹੜਾ ਬਦਲੇ ਮੌਸਮ ਦੇ ਕਾਰਨ ਤੁਹਾਡਾ ਗਲਾ ਖਰਾਬ ਹੈ ਉਸ ਤੋਂ ਵੀ ਤੁਹਾਨੂੰ ਆਰਾਮ ਮਿਲੇਗਾ। ਇਹ ਤਾਂ ਹੁਣ ਅਸੀਂ ਤੁਹਾਨੂੰ ਦੱਸ ਦਿੱਤਾ ਕਿ ਦਹੀਂ ਅਤੇ ਗੁੜ ਦੀ ਵਰਤੋਂ ਦੇ ਨਾਲ ਤੁਹਾਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ। ਆਓ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਦਹੀਂ ਅਤੇ ਗੁੜ ਦਾ ਸੇਵਨ ਕਿਵੇਂ ਕਰਨਾ ਹੈ ਅਤੇ ਤੁਸੀਂ ਇਹਨਾਂ ਨੂੰ ਹਰ ਰੋਜ਼ ਕਿੰਨੀ ਮਾਤਰਾ ਦੇ ਵਿੱਚ ਲੈਣਾ।
दस दें कि किसी भी टाइम के उत्ते तुसी दही ते गुड़ का सेवन कर सकते हो, रोटी खाने तो बाद भी तुसी सेवन कर सकते हो, तो रोटी खाने तो पहला भी कर सकते हो। किसी भी टाइम दिन दे विच तुसी दही ते गुड़ नू मिला के इसका सेवन कर सकते हो। जेकर गुड़ ते दही की मात्रा की गल की जाए वह तुसी अपने टेस्ट के अकॉर्डिंग ले सकते हो। जिन्ना थोनू मिठा चाहिए उन्ना तुसी दही दे विच गुड़ पा सकते हो, जिन्ना तुसी खा सकते हो उन्ना ही तुसी मिक्स करके इन्हों का चंगी तरह मिक्सचर बना के फिर तुसी खा सकते हो।